ਗੱਲ ਕਰਦੇ ਆ ਸਿੱਧੂ ਮੂਸੇਵਾਲੇ ਦੀ ਤਾਂ ਪਿਛਲੇ ਕੁਝ ਦਿਨ ਪਹਿਲਾਂ ਜੋ ਭਾਜੀ ਜਿਹੜੇ ਹੈਗੇ ਐ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਆ ਰਕਸਤ ਹੋ ਚੁੱਕੇ ਆ ਜੋ ਇੱਕ ਅਨਸਖਾਵੀ ਘਟਨਾ ਵਾਪਰੀ ਸੀ ਅੱਜ ਸਾਡੇ ਨਾਲ ਬਹਿਲੇ ਪਿੰਡ ਦੀ ਜੋ ਸ਼ਾਨ ਆ ਗੁਰਕਮਲ ਬਹਿਲਾ ਜੀ ਵੀ ਸਾਡੇ ਨਾਲ ਮੌਜੂਦ ਨੇ ਸਾਬ ਭਾਜੀ ਦੀਆਂ ਜਿਹੜੀਆਂ ਲਿਖੀਆਂ ਅਜ ਕੁਝ 17 ਦੇ ਰਾਹੀ ਗੁਰਕਮਲ ਬਹਿਲਾ ਬਾਈ ਉਹਨਾਂ ਨੂੰ ਸ਼ਰਧਾਂਜਲੀ ਦੇਣਗੇ ਆ ਉਹ ਆਪਾਂ ਗੱਲਬਾਤ ਕਰਦੇ ਆ ਸਾਸੀ ਗੱਲ ਵੀਰੇ ਕੀ ਹਾਲ ਚਾਲ ਆ ਸਾਸੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਕਮਲ ਬਹਿਲਾ ਤੇ ਅੱਜ ਦੀ ਕੁਛ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਬਾਈ ਜੀ ਦੀ ਡੈਥ ਹੋ ਗਈ ਸੀ ਬਹੁਤ ਮਾੜਾ ਕੰਮ ਹੋਇਆ ਇਹ ਔਰ ਸਾਰੇ ਵਰਲਡ ਦੇ ਵਿੱਚ ਇੱਕ ਸੋਗ ਦੀ ਲਹਿਰ ਚੱਲ ਰਹੀ ਹੈ ਕਿ ਬੱਚਾ ਬੱਚਾ ਰੋ ਰਿਹਾ ਜਿਹੜਾ ਵੀ ਉਸ ਬਾਈ ਦਾ ਫੈਨ ਸੀਗਾ ਸੋ ਮੈਂ ਇੱਕ ਆਪਣੇ ਗਾਣੇ ਰਾਈ ਬਾਈ ਨੂੰ ਸ਼ਰਧਾਂਜਲੀ ਦੇਣੀ ਚਾਹੁੰਦਾ ਆ ਸੋ ਕੀ ਲਿਖਦਾ ਆਪਣ ਗੋਟੇ ਵਾਲਾ ਓ ਜੀ ਓਏ ਮਰਦੇ ਦਮ ਤੱਕ ਭੁੱਲਣਾ ਨਹੀਂ ਦੁੱਖ ਦੇ ਕਿਉਂ ਡਾਡਾ ਓਏ ਹੋ ਮਰਦੇ ਦਮ ਤੱਕ ਭੁੱਲਣਾ ਨਹੀਂ ਦੁੱਖ ਦੇ ਕਿਉਂ ਡਾਡਾ ਓਏ ਓਏ ਬੇਵਕਤੀ ਜੀ ਮੌਤ ਤੇਰੀ ਲੱਕ ਤੋੜਗੀ ਸਾਡਾ ਓਏ ਓਏ ਬੇਵਕਤੀ ਜੀ ਮੌਤ ਤੇਰੀ ਲੱਕ ਤੋੜਗੀ ਸਾਡਾ ਓਏ ਓ ਲੈਜੈਂਡ ਤੁਰ ਗਿਆ ਲੋਕਾਂ ਦਾ ਲੈਜੈਂਡ ਤੁਰ ਗਿਆ ਲੋਕਾਂ ਦਾ ਕਿੰਜ ਰੱਖੀਏ ਜੇਰੇ ਓਏ ਖੱਥਰੋਂ ਦੇ ਨਹੀਂ ਚੱਲ ਹੁੰਦੇ ਅਸਿੱਧੂਆ ਮਾਪੇ ਤੇਰੇ ਓਏ ਸਾਥੋਂ ਰੋਂਦੇ ਨਹੀਂ ਚੱਲ ਹੁੰਦੇ ਸਿੱਧੂਆ ਮਾਪੇ ਤੇਰੇ ਓਏ ਓਏ ਬਹੁਤ ਮਰੀਆ ਦੁਨੀਆ ਪਰ ਕਦੇ ਇਦਾਂ ਹੋਈ ਨਹੀਂ ਓਏ ਕਿਹੜੀ ਅੱਖ ਮਿੱਤਰ ਓਏ ਜਿਹੜੀ ਤੈਨੂੰ ਰੋਈ ਨਹੀਂ ਓਏ ਕਿਹੜੀ ਆ ਮੇ ਮਿੱਤਰ ਓਏ ਜਿਹੜੀ ਤੈਨੂੰ ਰੋਈ ਨਹੀਂ ਓਏ ਕੀ ਗੋਰੇ ਕੀ ਕਾਲੇ ਹਾਏ ਓਏ ਕੀ ਗੋਰੇ ਕੀ ਕਾਲੇ ਸਭ ਗਮਾਂ ਨੇ ਤੇਰੇ ਓਏ ਸਾਥ ਰਉਂਦੇ ਨਹੀਂ ਚੱਲ ਹੁੰਦੇ ਸਿੱਧੂ ਆ ਮਾਪੇ ਤੇਰੇ ਓਏ ਸਾਥ ਰਉਂਦੇ ਨਹੀਂ ਚੱਲ ਹੁੰਦੇ ਸਿੱਧੂਆ ਮਾਪੇ ਤੇਰੇ ਓਏ ਓਏ ਸ਼ਾਪ ਛੱਡ ਜੈ ਜੜੀ ਨਹੀਂ ਕੋਈ ਗੱਲਾਂ ਕਰਨ ਦੀਆਂ ਓਏ ਬੋਲੀਵੁੱਡ ਤੱਕ ਗੱਲਾਂ ਮੇਂ ਤੇਰਾ ਓਏ ਤੇਰੇ ਮਰਨ ਦੀਆਂ ਓਏ ਕੋਈ ਮੂਸਾ ਜੱਟ ਨਹੀਂ ਜੰਮਣਾ ਹਾਏ ਕੋਈ ਮੂਸਾ ਜੱਟ ਨਹੀਂ ਜੰਮਣਾ ਆ ਜੰਮਣੇ ਪੁੱਤ ਬਥੇਰੇ ਓਏ ਸੱਥ ਰੋਂਦੇ ਨਹੀਂ ਚੱਲ ਹੁੰਦੇ ਸਿੱਧੂਆ ਮਾਪੇ ਤੇਰੇ ਓਏ ਸੱਥ ਰੋਂਦੇ ਨਹੀਂ ਚੱਲ ਹੁੰਦੇ ਸਿੱਧੂਆ ਮਾਪੇ ਤੇਰੇ ਓਏ ਓਏ ਪੀੜ ਜਾਣ ਦੀ ਤੇਰੀ ਸਾਡੇ ਦਿਲਾਂ ਨੂੰ ਕੋ ਗਈਆ ਓਏ ਪੱਟ ਤੇ ਵਜੀ ਥਾਪੀ ਤੇਰੀ ਲੋਗੋ ਹੋ ਗਈਆ ਓਏ ਪੱਟ ਤੇ ਵਜੀ ਥਾਪੀ ਤੇਰੀ ਲੋਗੋ ਹੋ ਗਈਆ ਓਏ ਸਾਬ ਕਹੇ ਪਨਗੋਟਾ ਵਾਏ ਸਾਬ ਕਹੇ ਪਨਗੋਟਾ ਰਹਿਣ ਦੇ ਦਿਲਾਂ ਚ ਡੇਰੇ ਓਏ ਸਾਥੋਂ ਰੋਂਦੇ ਨਹੀਂ ਚੱਲ ਹੁੰਦੇ ਸਿੱਧੂ ਆ ਮਾਪੇ ਤੇਰੇ ਓਏ ਸਾਥੋਂ ਰੋਂਦੇ ਨਹੀਂ ਚੱਲ ਹੁੰਦੇ ਸਿੱਧੂਆ ਮਾਪੇ ਤੇਰੇ ਓਏ ਓ ਸਿੱਧੂਆ ਮਾਪੇ ਤੇਰੇ ਓਏ ਓ ਸਿੱਧੂਆ ਮਾਪੇ ਤੇਰੇ ਓਏ ਤੁਸੀਂ ਸੁਣ ਰਹੇ ਸੀ ਸਾਥੋਂ ਰੋਂਦੇ ਨਹੀਂ ਚੱਲ ਹੁੰਦੇ ਮਾਪੇ ਤੇਰੇ ਵੇ ਸਿੱਧੂਆ ਹਣ ਅ ਦੇਖ ਸਕਦੇ ਹਾਂ ਕਿ ਤੁਸੀਂ ਇਹ ਸਿੱਧੂ ਬਾਈ ਵੱਲੋਂ ਕਮਾਈ ਆ ਉਹ ਆਪ ਤਾਂ ਬੇਸ਼ੱਕ ਦੀ ਚਲ ਗਈ ਆ ਪਰ ਇਹ ਜਿਹੜੇ ਲੋਕ ਆ ਗੁਰਕਮਲ ਵੈਲੀ ਵਰਗੇ ਭਰਾ ਸਾਡੇ ਹਨ ਜਾਂ ਕਿੰਨੀਆਂ ਹੀ ਲਿਖਤਾਂ ਆਪਣੀਆਂ ਸਭਾ ਪਾਜੀ ਦੀ ਲਿਖਤ ਨੂੰ ਵੀ ਸਲਾਮ ਕਿੰਨੀਆਂ ਹੀ ਲਿਖਤਾਂ ਜਿਦੇ ਵਿੱਚ ਉਹ ਸਚਾਈ ਬਿਆਨ ਹੁੰਦੀ ਆ ਦਰਦ ਬਿਆਨ ਹੁੰਦਾ ਇਹ ਆਪਣੀ ਸਰਕਾਰਾਂ ਦੀ ਤਰਾਸਦੀ ਰਹੀ ਆ ਕਿ ਪਤਾ ਨਹੀਂ ਕਿਉਂ ਇਦਾਂ ਦੀਆਂ ਅਨਸਖਾਵੀਆਂ ਜਿਹੜੀਆਂ ਘਟਨਾਵਾਂ ਉਹ ਦਿਨ ਦਿਹਾੜੇ ਤਿੱਖੜ ਦੁਪਹਿਰੇ ਜਿਹੜੀਆਂ ਬਜ਼ਾਰਾਂ ਦੇ ਵਿੱਚ ਹੋਣ ਲੱਗ ਪੀਆਂ ਪੰਜਾਬ ਦੇ ਲੋਕ ਆ ਜਿਹੜੇ ਭਗਵੰਤ ਮਾਨ ਨੇ ਕਿਸੇ ਟਾਈਮ ਕਿਹਾ ਸੀ ਕਿ ਪੰਜਾਬ ਦੇ ਲੋਕ ਆਈਲੈਂਡਸ ਕਰਕੇ ਬਾਹਰ ਤੁਰੇ ਜਾਂਦੇ ਆ ਪਰ ਮੇਰੇ ਖਿਆਲ ਚ ਇਹ ਇਹੀ ਡਰ ਆ ਜਿਹੜਾ ਉਹਨਾਂ ਨੂੰ ਆ ਸੁਰੱਖਿਅਤ ਮਹਿਸੂਸ ਕਰਵਾਉਂਦਾ ਹਨਾ ਇਸੇ ਕਰਕੇ ਉਹ ਸੋਚਦੇ ਆ ਕਿ ਰੋਟੀ ਨਹੀਂ ਸਾਡੀ ਇੱਥੇ ਪੂਰੀ ਹੋ ਸਕਦੀ ਸਾਡੀ ਜਾਨ ਦੀ ਸੁਰੱਖਿਆ ਨਹੀਂ ਆ ਜੇ ਇੰਨਾ ਵੱਡਾ ਸੈਲਿਬ੍ਰਿਟੀ ਆ ਜਿਹੜਾ ਜੇ ਉਹਦੀ ਮਤਲਬ ਕਿ ਜਾਨ ਦੀ ਆਪਾਂ ਸੁਰੱਖਿਆ ਨਹੀਂ ਕਰ ਸਕਦੇ ਤਾਂ ਸਾਡੇ ਵਰਗੇ ਮੇਰੇ ਤੇਰੇ ਵਰਗੇ ਦਾ ਵੀ ਕੀ ਬਣੂਗਾ ਹਨ ਇਹ ਚੀਜ਼ ਜਿਹੜੀ ਬੜੀ ਵੱਡੀ ਚੀਜ਼ ਆ ਇਹ ਕਿ ਸੁਰੱਖਿਆ ਚ ਇੰਨਾ ਸਵਾਲੀਆ ਚ ਇੰਨਾ ਕਟਚੀ ਜੇ ਆਲਾ ਚ ਇੰਨਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਅੱਗੇ ਕਿਉਂਕਿ ਜਿਹੜਾ ਆ ਘਟਾ ਪਿਆ ਪਰਿਵਾਰ ਨੂੰ ਇਹ ਸ਼ਾਈ ਦੀ ਕਦੇ ਪੂਰਾ ਹੋਵੇ ਅਧੂਰੇ ਘਾਟੇ ਹੀ ਹੁੰਦੇ ਨੇ ਪਰਿਵਾਰ ਤਾਂ ਮਤਲਬ ਕਿ ਜਿਸ ਮਾਂ ਦੀ ਜਿਹੜੀ ਕੋਖ ਕਦੇ ਸਲਖਣੀ ਹੋਈ ਸੀ ਤੇ ਅੱਜ ਸੁੰਨੀ ਹੋ ਗਈ ਹੈ ਨਾ ਉਹ ਉਤਾ ਉਹ ਜਿਹੜਾ ਦਰਦ ਆ ਉਹ ਉਸ ਮਾਂ ਨੂੰ ਪਤਾ ਉਹ ਮੇਰੇ ਖਿਆਲ ਚ ਮੈਂ ਤਾਂ ਸ਼ਾਇਦ ਲਫ਼ਜ਼ ਵੀ ਨਹੀਂ ਉਹਨਾਂ ਨੂੰ ਦੇ ਪਾਉਂਗਾ ਹਨਾ ਵੱਡੇ ਭਾਈ ਮੈਨੂੰ ਇਹਨਾਂ ਜ਼ਰੂਰ ਦੱਸੋ ਵੀ ਤੁਹਾਡੇ ਏਰੀਏ ਦੇ ਵਿੱਚ ਵੀ ਬਾਈ ਨੂੰ ਬਹੁਤ ਸੁਣਦੇ ਸੀ ਹਨਾ ਤਾਂ ਬਹੁਤ ਮੈਂ ਅੱਜ ਇਸ ਏਰੀਏ ਦੇ ਵਿੱਚ ਆਏ ਤੇ ਲੋਕਾਂ ਨੇ ਪਿੱਛੇ ਸਟੀਕਰ ਲਵਾ ਰੱਖਿਆ ਮੋਟਰਸਾਈਕਲ ਦੇ ਪਿੱਛੇ ਹਨਾ ਕੀ ਕਹੋਗੇ ਨਹੀਂ ਬਿਲਕੁਲ ਸਾਡੇ ਏਰੀਏ ਦੇ ਵਿੱਚ ਵੀ ਬਹੁਤ ਬਾਈ ਨੂੰ ਸੁਣਦੇ ਸੀਗੇ ਕਿਉਂਕਿ ਕੋਈ ਬੰਦਾ ਮਿਹਨਤ ਕਰਕੇ ਜਦੋਂ ਅੱਗੇ ਆਉਂਦਾ ਨਾ ਫਿਰ ਉਹਨੂੰ ਲੋਕ ਜਰੂਰ ਸੁਣਦੇ ਵੀ ਆ ਔਰ ਪਸੰਦ ਵੀ ਕਰਦੇ ਆ ਔਰ ਜਿਦੋਂ ਮੈਂ ਜਿੰਨਾ ਵੀ ਬਾਈ ਨੂੰ ਸੁਣਿਆ ਮੈਂ ਇਹ ਹੀ ਸੁਣ ਜਿਆਦਾਤਰ ਸੁਣਿਆ ਆ ਕਿ ਬਾਈ ਦੀਆਂ ਗੱਲਾਂ ਸੱਚ ਹੀ ਹੁੰਦੀਆਂ ਸੀ ਉਹ ਇੱਕ ਗਾਣਾ ਸੀਗਾ ਜਿਹੜਾ 295 ਉਹ ਬਾਈ ਸੱਚ ਹੋ ਗਿਆ ਕਿ ਜੋ ਵੀ ਗਾਣਾ ਸੀਗਾ ਉਹ ਉਹ ਗਾਣੇ ਤੇ ਕੌਂਟਰੋਵਰਸੀ ਵੀ ਬੜੀ ਹੋਈ ਤੇ ਪਰ ਉਹ ਗਾਣਾ ਸੱਚ ਸੀਗਾ ਔਰ ਅੱਜ ਦੀ ਡੇਟ 'ਚ ਕੋਈ ਵੀ ਬੰਦਾ ਦੇਖ ਲਓ ਜਿਹੜਾ ਵੀ ਸੱਚ ਗਾਉਂਦਾ ਆ ਸੱਚ ਲਿਖਦਾ ਆ ਸੱਚ ਕਿਤੇ ਬੋਲਦਾ ਆ ਕਿਸੇ ਸਟੇਜ ਤੇ ਉਹਨੂੰ ਜਲਦੀ ਜਿਹੜਾ ਮਾਰ ਮਕਾ ਦਿੱਤਾ ਜਾਂਦਾ ਕਿਉਂਕਿ ਇਹ ਗੱਲ ਸੱਚ ਹੈ ਕਿ ਜਿਹਦੀ ਬਰਾਬਰੀ ਨਾ ਨਾ ਹੋ ਸਕੇ ਤੇ ਉਹਨੂੰ ਜਾਂ ਤੇ ਬਦਨਾਮ ਕਰ ਦੋ ਤੇ ਜਾਂ ਉਹਨੂੰ ਮਾਰ ਦੋ ਇਹ ਬੜਾ ਅੱਜ ਕੱਲ ਚੱਲ ਰਿਹਾ ਹੈ। ਗੁਰੀਆਂ ਚਲਵਾ ਦੋ ਜਾਂ ਕੋਈ ਐਕਸੀਡੈਂਟ ਕਰਵਾ ਦੋ ਮੇਰੇ ਖਿਆਲ ਵਿੱਚ। ਬਿਲਕੁਲ। ਬਿਲਕੁਲ ਇਦਾਂ ਹੀ ਹੋ ਰਿਹਾ ਹੈ ਕਿਉਂਕਿ ਜਿਹੜਾ ਵੀ ਮਤਲਬ ਸੱਚ ਬੋਲਣ ਵਾਲਾ ਹੋਰ ਵੀ ਅੱਗੇ ਆ ਰਿਹਾ ਹੈ ਜਾਂ ਤੇ ਉੱਤੇ ਦੇ ਐਵੇਂ ਬਿਨਾਂ ਗੱਲ ਤੋਂ ਕੋਈ ਤੁੰਬਤਾ ਲਾ ਕੇ ਉਹਨੂੰ ਥੱਲੇ ਸੁੱਟ ਦਿੰਦੇ ਆ ਤੇ ਜਾਂ ਫਿਰ ਗੋਲੀ ਮਨਾ ਮਾਰੀ। ਇਸੇ ਇਸੇ ਗੀਤ ਦਾ ਜਿਹੜਾ ਤੁਸੀਂ ਅਖੀਰਲਾ ਪੈਰਾ ਸੁਣਾਇਆ ਸੀ ਹਨਾ ਮੈਂ ਚਾਹੁੰਨਾ ਕਿ ਮੈਂ ਉਹਨੂੰ ਉਸ ਪੈਰੇ ਨੂੰ ਦੁਬਾਰਾ ਸੁਣਨਾ ਚਾਹੁੰ ਓਏ ਪੀੜ ਜਾਣ ਦੀ ਤੇਰੀ ਓਏ ਸਾਡੇ ਦਿਲਾਂ ਨੂੰ ਕੋ ਗਈਆ ਓਏ ਪੱਟ ਤੇ ਵਜੀ ਥਾਪੀ ਤੇਰੀ ਓਏ ਲੋਗੋ ਹੋ ਗਈਆ ਓਏ ਪੱਟ ਤੇ ਵਜੀ ਥਾਪੀ ਤੇਰੀ ਓਏ ਲੋਗੋ ਹੋ ਗਈਆ ਓਏ ਸਾਬ ਕਹੇ ਪਨਗੋਟਾ ਸਾਬ ਕਹੇ ਪਨਗੋਟਾ ਰਹਿਣ ਦੇ ਦਿਲਾਂ ਚ ਡੇਰੇ ਓਏ ਸਾਥ ਰੋਂਦੇ ਲੱਭਦੇ ਸਿੱਧੂਆ ਮਾਪੇ ਤੇਰੇ ਓਏ ਸਾਥ ਰੋਂਦੇ ਨਹੀਂ ਚੱਲ ਹੁੰਦੇ ਸਿੱਧੂਆ ਮਾਪੇ ਤੇਰੇ ਓਏ ਉਹ ਸਿੱਧੂਆ ਮਾਪੇ ਤੇਰੇ ਓਏ ਉਹ ਸਿੱਧੂਆ ਮਾਪੇ ਤੇਰੇ ਓਏ ਸੋ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਜਿਸ ਜਿੱਦਾਂ ਦਾ ਵੀ ਬਾਈ ਗਾਉਂਦਾ ਸੀ ਉਹਨੂੰ ਛੋਟੇ ਸੁਣਦੇ ਸੀ ਵੱਡੇ ਸੁਣਦੇ ਸੀ ਉਹ ਉਹਨਾਂ ਦੀ ਆਪਣਾ ਇੱਕ ਜ਼ੋਨ ਸੀ ਲਿਖਣ ਦਾ ਹਨਾ ਹੋ ਸਕਦਾ ਉਹ ਸਾਰਿਆਂ ਨੂੰ ਪਸੰਦ ਨਹੀਂ ਸੀ ਜਾਂ ਸਾਰਿਆਂ ਨੂੰ ਪਸੰਦ ਸੀ ਇਹ ਇੱਕ ਅਲੈਦਾ ਮੁੱਦਾ ਹਨਾ ਪਰ ਜਿਸ ਤਰ੍ਹਾਂ ਉਹਦਾ ਜਾਣਾ ਸੀ ਉਹ ਮੇਰੇ ਖਿਆਲ ਚ ਕਿਸੇ ਨੂੰ ਵੀ ਹਜਮ ਨਹੀਂ ਹੋ ਰਿਹਾ ਐਂਡ ਪੂਰਾ ਸੰਸਾਰ ਜਿਹੜਾ ਉੱਥੇ ਵਰਲਡ ਵਾਈਡ ਉਹਨਾਂ ਦੀ ਫੈਨ ਫੋਲੋਇੰਗ ਆ ਸਾਰੇ ਅਚੰਬੇ ਦੇ ਵਿੱਚ ਨੇ ਅਸੀਂ ਇਹੀ ਕਵਾਂਗੇ ਕਿ ਮੇਰੇ ਤੇ ਬਾਈ ਗੁਰਕਮਲ ਬਹਿਲੇ ਦੇ ਵੱਲੋਂ ਅਸੀਂ ਤਾਂ ਇਹੀ ਕਵਾਂਗੇ ਕਿ ਉਹਨਾਂ ਦੇ ਜੋ ਪਿਤਾ ਸ਼੍ਰੀ ਆ ਤੇ ਮਾਤਾ ਜੀ ਨੇ ਹਨਾ ਪਰਮਾਤਮਾ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਜ਼ਰੂਰ ਬਖਸ਼ੇ ਕਿਉਂਕਿ ਇਸ ਤੋਂ ਇਲਾਵਾ ਹੁਣ ਕੁਝ ਹੈ ਨਹੀਂ ਆ ਹਨਾ ਪਾਣਾ ਮੰਨਣ ਦਾ ਪ੍ਰਮਾਤਮਾ ਬਲ ਬਖਸ਼ੇ ਤਾਂ ਹੋ ਸਕਦਾ ਸ਼ਾਇਦ ਜਿਹੜੀ ਆਉਣ ਵਾਲੀ ਜ਼ਿੰਦਗੀ ਆ ਉਹ ਥੋੜੀ ਬਹੁਤ ਲੰਘ ਜੂਗੀ ਹਨਾ ਤੇ ਵਰਨਾ ਜੋ ਘਾਟਾ ਹੈ ਘਾਟਾ ਪਿਆ ਉਹ ਤਾਂ ਸ਼ਾਇਦ ਹੀ ਕਦੇ ਪੂਰਾ ਹੋਵੇ ਕੁਝ ਕਹਿਣਾ ਚਾਹੁੰਨੀ ਉਹ ਬੈਲਾ ਸਾਹਿਬ ਤਾਂ ਕਹਿ ਸਕਦੇ ਹਾਂ ਨਹੀਂ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਹੈ ਕਿ ਚਲੋ ਅਸੀਂ ਹੋਰ ਤਾਂ ਨਹੀਂ ਕੁਝ ਕਰ ਸਕਦੇ ਔਰ ਮੇਰੇ ਵੱਲੋਂ ਔਰ ਸਾਪਨ ਗੋਟਾ ਜੀ ਵੱਲੋਂ ਸਾਡੇ ਇੱਕਗੀਤ ਰਾਈ ਛੋਟੀ ਜੀ ਸ਼ਰਧਾਂਜਲੀ ਸੀਗੀ ਸੋ ਅਸੀਂ ਤੇ ਇਨਾ ਹੀ ਕਰ ਸਕਦੇ ਹਾਂ ਔਰ ਮੇਰੇ ਵੱਲੋਂ ਵੀ ਔਰ ਸਾਪਨ ਗੋਟਾ ਭਾਈ ਵੱਲੋਂ ਵੀ ਔਰ ਸਾਰੀ ਸਾਡੀ ਐਮਜੀ ਟੈਲੀਕਾਸਟ ਦੀ ਟੀਮ ਵੱਲੋਂ ਅਸੀਂ ਇਹੀ ਮਾਰੇ ਅਰਦਾਸ ਕਿ ਉਹਨਾਂ ਦੇ ਮਾਤਾ ਪਿਤਾ ਨੂੰ ਪ੍ਰਮਾਤਮਾ ਭਾਣਾ ਮੰਨ ਲਦਾ ਬਲ ਬਖਸ਼ੇ ਅ ਬਾਕੀ ਮੈਂ ਇਹ ਵੀ ਦੱਸਣਾ ਚਾਹਣਾ ਕਿ ਜਿਹੜੇ ਭਾਜੀ ਦੇ ਫੈਨ ਨੇ ਜੋ ਰੀਅਲ ਫੈਨ ਨੇ ਤਾਂ ਇਹ ਇੱਕ ਸੱਚੀ ਸ਼ਰਧਾਂਜਲੀ ਆ ਜਿਹੜੇ ਸਿੱਧੂ ਭਾਜੀ ਦੇ ਫੈਨ ਨੇ ਉਹ ਇਸ ਚੀਜ਼ ਨੂੰ ਜ਼ਰੂਰ ਸ਼ੇਅਰ ਕਰਿਓ ਯਾਰ ਕਿਉਂਕਿ ਚੰਗੀਆਂ ਚੀਜ਼ਾਂ ਚਾਰ ਬੰਦਿਆਂ ਦੇ ਕੰਨਾਂ 'ਚ ਜ਼ਰੂਰ ਪੈਣੀਆਂ ਚਾਹੀਦੀਆਂ ਮਾੜੀਆਂ ਚੀਜ਼ਾਂ ਵੀ ਤਾਂ ਸ਼ੇਅਰ ਕਰਦੀਆਂ ਤਾਂ ਇੰਨੇ ਦੇ ਨਾਲ ਮੈਂ ਜ਼ਿਆਦਾ ਤਾਂ ਮੈਂ ਕੁਝ ਕਹਿ ਵੀ ਨਹੀਂ ਸਕਦਾ ਨਾ ਹੀ ਕੁਝ ਲਫ਼ਜ਼ ਆ ਮੇਰੇ ਕੋਲੇ ਕਹਿਣ ਦੇ ਲਈ ਹਨਾ ਸਿਰਫ ਇਹੀ ਕਹੂੰਗਾ ਕਿ ਭਾਈ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸ਼ੁਕਰੀਆ ਜੀ